तेरी फोटो ना लेनिया लामा मैं होके तेरी रे। सिख कौम दे विच जिथे अनोखियां शहादतां दी गल कीती जांदी है उथे ही एक अजिहा व्याह भी है जिसने अपने आप विच इतिहास सिरजिया। उसे बारे अज आपां गल करांगे। सिख कौम दे अणमुल्ले हीरे शहीद भाई सतवंत सिंह जिन्हां नूं देश की प्रधानमंत्री इंदिरा गांधी की हत्या के दोष विच शहीद कर दिता गया सी। जदों कदे भी भाई सतवंत सिंह जी का नाम लिया जाता है तो उन्हां दे नाल किसे होर दा नाम भी लिया जाता है। उन्हां दी धर्मपत्नी बीबी सुरिंदर कौर जिन्हां नूं बड़े सतिकार दे नाल बड़े फखर दे नाल याद किया जाता है उन्हां दी वडमुल्ली कुरबानी का करके उन्हां दा व्याह एक अनोखा इतिहास सिरज के गया। वह किवें उस बारे अज आपां गल करांगे। अज 2 मई का दिन इस जोड़े दे नाम ही है भाई सतवंत सिंह अते बीबी सुरिंदर कौर जी दे नाम। गल उस वेले दी है जदों इन्हां दोहां दी मंगणी होई सी। दस दईए कि बीबी सुरिंदर कौर जो कि भाई सतवंत सिंह दी भरजाई दी मासी दी धी सी इन्हां दी 1983 दे विच मंगणी हो गई। परिवार चाहुंदा तां सी कि जल्दी जल्दी विआह कीता जावे पर जो उस वेले माहौल सी उस नूं लै के ते कई होर कारणां करके ये जिहड़ा विआह आ उह टलदा ही गया। 1984 आया अकाल तख्त साहिब दे उत्ते हमला किया गया ते जदों शहीद भाई सतवंत सिंह भाई बेअंत सिंह ते भाई केर सिंह टठे हुए अकाल तख्त साहिब दे दर्शन करन गए इन्हां दे मन ते बड़ा डूंगा असर पिया। वापस अपने पिंड आ गए भाई सतवंत सिंह आके अपने परिवार को कहने लगे कि मैं अपनी मंगेतर बीबी सुरिंदर कौर को मिलना है। सारा परिवार बड़ा हैरान परेशान होया क्योंकि उस वेले समा ही कुछ अजिहा सी कि पिंडां दे विच विआह तो पहला कोई एक दूसरे को मिल नहीं सी सकता। पर फिर भी क्योंकि रिश्तेदारी दे विच रिश्ता होया सी इस करके कोई वड्डी गल नहीं सी दोहां नूं मिलाया गया। रामदास कस्बे विच पैंदे बाबा बुढ़ा जी दे गुरद्वारा साहिब विखे इन्हां दोहां नूं मिलाया गया जिथे कि भाई सतवंत सिंह दे नाल उन्हां दा भरा उन्हां दी भरजाई बीबी सुरिंदर कौर दे नाल उन्हां दी माता बीबी प्रीतम कौर आए। ये जिहड़ी इन्हां दी मुलाकात सी इसे मुलाकात ने इतिहास सिरजणा सी। ये मुलाकात इतिहासिक हो निबड़ी। ਉਹ ਤੋਂ ਬਾਅਦ ਸਰਦਾਰ ਸਤਵੰਤ ਸਿੰਘ ਦੀ ਛੁੱਟੀ ਮੁੱਕ ਗਈ ਜਿਵੇਂ ਕਿ ਉਸ ਵੇਲੇ ਇੰਦਰਾ ਗਾਂਧੀ ਦੇ ਬੋਡੀਗਾਰਡ ਵਜੋਂ ਇਹ ਨੌਕਰੀ ਕਰਦੇ ਸੀ। ਛੁੱਟੀ ਮੁੱਕ ਗਈ ਅਤੇ ਇਹ ਵਾਪਸ ਆਪਣੀ ਨੌਕਰੀ 'ਤੇ ਚਲੇ ਗਏ। ਫਿਰ ਖਬਰ ਆਈ ਕਿ ਇੰਦਰਾ ਗਾਂਧੀ ਨੂੰ ਮਾਰ ਦਿੱਤਾ ਗਿਆ ਹੈ। ਸ਼ਹੀਦ ਭਾਈ ਸਤਵੰਤ ਸਿੰਘ ਸ਼ਹੀਦ ਭਾਈ ਕੇਰ ਸਿੰਘ ਅਤੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਉੱਤੇ ਇਹ ਦੋਸ਼ ਲੱਗੇ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਸੋਧਾ ਲਾਇਆ। ਇੰਦਰਾ ਗਾਂਧੀ ਨੂੰ ਸੋਧਣ ਤੋਂ ਬਾਅਦ ਭਾਈ ਸਤਵੰਤ ਸਿੰਘ ਨੂੰ ਗ੍ਰਿਫਤਾਰ ਕਰਕੇ ਤਿਹਾੜ ਜੇਲ੍ਹ ਦੇ ਵਿੱਚ ਰੱਖਿਆ ਗਿਆ। ਉਸ ਵੇਲੇ ਵੀ ਜੇਲ੍ਹ ਦੇ ਵਿੱਚ ਬੀਬੀ ਸੁਰਿੰਦਰ ਕੌਰ ਆਪਣੇ ਪਰਿਵਾਰ ਦੇ ਨਾਲ ਸਹੁਰੇ ਪਰਿਵਾਰ ਦੇ ਨਾਲ ਸਰਦਾਰ ਸਤਵੰਤ ਸਿੰਘ ਨੂੰ ਮਿਲਣ ਵਾਸਤੇ ਜਾਂਦੀ ਰਹੀ ਮੁਲਾਕਾਤ ਕਰਦੀ ਰਹੀ ਪਰ ਪ੍ਰਸ਼ਾਸਨ ਨੇ ਪੁਲਿਸ ਨੇ ਅੜਿੱਕਾ ਡਾਲਿਆ ਕਿ ਬੀਬੀ ਤਾਂ ਸਤਵੰਤ ਸਿੰਘ ਨੂੰ ਮਿਲ ਨਹੀਂ ਸਕਦੀ ਕਿਉਂਕਿ ਇਹਨਾਂ ਦੋਹਾਂ ਦਾ ਹਜੇ ਵਿਆਹ ਨਹੀਂ ਹੋਇਆ। ਉਹਦੇ ਤੋਂ ਬਾਅਦ ਬੀਬੀ ਸੁਰਿੰਦਰ ਕੌਰ ਨੇ ਇੱਕ ਤਰਕੀਬ ਸੁੱਝੀ ਉਹਨਾਂ ਨੂੰ। ਉਹਨਾਂ ਨੇ ਕੀ ਕਿਹਾ ਆਪਣੇ ਪਰਿਵਾਰ ਨੂੰ ਕਿ ਉਹਨਾਂ ਦਾ ਵਿਆਹ ਸਰਦਾਰ ਸਤਵੰਤ ਸਿੰਘ ਦੀ ਫੋਟੋ ਦੇ ਨਾਲ ਕਰ ਦਿੱਤਾ ਜਾਵੇ। ਦੋਹਾਂ ਦਾ ਵਿਆਹ ਹੋਇਆ ਪਿਆ ਹੋਵੇਗਾ ਤਾਂ ਪ੍ਰਸ਼ਾਸਨ ਦੇ ਕੋਲ ਕੋਈ ਕਾਰਨ ਨਹੀਂ ਰਹੇਗਾ ਇਹ ਕਹਿਣ ਦੇ ਵਾਸਤੇ ਕਿ ਉਹਨਾਂ ਦੀ ਮੁਲਾਕਾਤ ਨਹੀਂ ਹੋ ਸਕਦੀ। ਜਦੋਂ ਇਹ ਗੱਲ ਕਹੇਗੀ ਕਿ ਫੋਟੋ ਦੇ ਨਾਲ ਵਿਆਹ ਸਾਰਾ ਪਰਿਵਾਰ ਬੜਾ ਹੈਰਾਨ ਹੋਇਆ। ਸਾਰੇ ਸੋਚਣ ਲੱਗ ਪਏ ਕਿ ਇਹ ਕਿਹੋ ਜਿਹੀ ਗੱਲ ਕਿਉਂਕਿ ਇਹਦੇ ਤੋਂ ਪਹਿਲਾਂ ਕਿਸੇ ਨੇ ਫੋਟੋ ਦੇ ਨਾਲ ਵਿਆਹ ਹੋਣਾ ਨਾ ਤਾਂ ਕਦੇ ਸੁਣਿਆ ਸੀ ਨਾ ਹੀ ਕਦੇ ਦੇਖਿਆ ਸੀ। ਪਹਿਲੀ ਵਾਰ ਇਹ ਗੱਲ ਬੀਬੀ ਸੁਰਿੰਦਰ ਕੌਰ ਜੀ ਦੇ ਮੂੰਹੋਂ ਸੁਣਨ ਨੂੰ ਮਿਲੀ ਸੀ। ਸਾਰੇ ਬੜਾ ਹੈਰਾਨ ਪਰੇਸ਼ਾਨ ਹੋਏ। ਬੀਬੀ ਸੁਰਿੰਦਰ ਕੌਰ ਨੂੰ ਸਮਝਾਇਆ ਗਿਆ ਅਤੇ 5 ਸਿੰਘ ਸਾਹਿਬਾਨਾਂ ਦੇ ਵੱਲੋਂ ਵੀ ਇਹ ਵਿਚਾਰ ਕੀਤੀ ਗਈ ਕਿ ਕੀ ਕੀਤਾ ਜਾਵੇ। ਉਹਨਾਂ ਨੇ ਵੀ ਬੀਬੀ ਸੁਰਿੰਦਰ ਕੌਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਬੀਬੀ ਸੁਰਿੰਦਰ ਕੌਰ ਜੀ ਜਿਹੜੇ ਕਿ ਸਰਦਾਰ ਸਤਵੰਤ ਸਿੰਘ ਨੂੰ ਆਪਣਾ ਪਤੀ ਮੰਨ ਚੁੱਕੇ ਸੀ ਉਹਨਾਂ ਨੇ ਇਹੋ ਜਵਾਬ ਦਿੱਤਾ ਕਿ ਮੈਂ ਤਾਂ ਸਰਦਾਰ ਸਤਵੰਤ ਸਿੰਘ ਦੇ ਨਾਲ ਹੀ ਵਿਆਹ ਕਰਵਾਵਾਂਗੀ। ਉਹਨਾਂ ਦੇ ਉਹ ਬੋਲ ਇਤਿਹਾਸ ਸਿਰਜ ਗਏ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਮੈਨੂੰ ਕਿਸੇ ਹੋਰ ਦੀ ਸੁਹਾਗਣ ਬਣਨ ਦੇ ਨਾਲੋਂ ਸਰਦਾਰ ਸਤਵੰਤ ਸਿੰਘ ਦੀ ਵਿਧਵਾ ਬਣਨਾ ਮਨਜ਼ੂਰ ਹੈ। ਅੱਜ 2 ਮਈ ਦੇ ਦਿਨ 1988 ਦੇ ਵਿੱਚ ਇੱਕ ਵਡਮੁੱਲਾ ਇੱਕ ਅਨੋਖਾ ਇਤਿਹਾਸ ਸਿਰਜਦੇ ਹੋਏ ਇਹ ਬੀਬੀ ਤਿਆਗ ਅਤੇ ਸਿਦਕ ਦੀ ਮੂਰਤ ਬੀਬੀ ਸੁਰਿੰਦਰ ਕੌਰ ਦਾ ਅਤੇ ਫਖਰ ਏ ਕੌਮ ਸ਼ਹੀਦ ਭਾਈ ਸਤਵੰਤ ਸਿੰਘ ਜੀ ਦਾ ਵਿਆਹ ਹੋਇਆ। ਇਹ ਵਿਆਹ ਵੀ ਬੀਬੀ ਸੁਰਿੰਦਰ ਕੌਰ ਜੀ ਦਾ ਭਾਈ ਸਤਵੰਤ ਸਿੰਘ ਦੀ ਫੋਟੋ ਦੇ ਨਾਲ ਹੋਇਆ ਇਸ ਕਰਕੇ ਇਹ ਵਿਆਹ ਜਿਹੜਾ ਇਸਨੂੰ ਅਨੋਖਾ ਮੰਨਿਆ ਜਾਂਦਾ ਹੈ। ਇਸ ਵਿਆਹ ਦੀ ਹਰ ਇੱਕ ਰਸਮ ਹਰ ਇੱਕ ਰੀਤ ਆਪਣੇ ਆਪ ਵਿੱਚ ਇਤਿਹਾਸਿਕ ਹੋ ਨਿਬੜੀ ਪਰ ਉੱਧਰ ਹਕੂਮਤ ਪ੍ਰਸ਼ਾਸਨ
ਨੇ ਫਿਰ ਅੜਿੱਕਾ ਡਾਲਿਆ ਕਿ ਫੋਟੋ ਦੇ ਨਾਲ ਹੋਏ ਵਿਆਹ ਨੂੰ ਉਹ ਨਹੀਂ ਮੰਨਣਗੇ। ਮੁਲਾਕਾਤ ਕਰਨ ਤੋਂ ਫਿਰ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਬੀਬੀ ਸੁਰਿੰਦਰ ਕੌਰ ਦੀ ਮੁਲਾਕਾਤ ਸ਼ਹੀਦ ਭਾਈ ਸਤਵੰਤ ਸਿੰਘ ਦੇ ਨਾਲ ਨਹੀਂ ਹੋ ਸਕਦੀ। ਇਹਨਾਂ ਦੋਹਾਂ ਦੇ ਵਿਆਹ ਦੀਆਂ ਜਿਹੜੀਆਂ ਗੱਲਾਂ ਆ ਪੂਰੇ ਅਖਬਾਰਾਂ ਦੇ ਵਿੱਚ ਹਰ ਪਾਸੇ ਛਪੀਆਂ, ਸੁਰਖੀਆਂ ਦਾ ਵਿਸ਼ਾ ਬਣੀਆਂ, ਪਰ ਹਕੂਮਤ ਨੇ ਇਸ ਗੱਲ ਨੂੰ ਨਹੀਂ ਮੰਨਿਆ। ਪਰ ਫਿਰ ਵੀ ਬੀਬੀ ਨੇ ਆਪਣੀ ਪੂਰੀ ਜ਼ਿੰਦਗੀ ਸਰਦਾਰ ਸਤਵੰਤ ਸਿੰਘ ਨੂੰ ਆਪਣਾ ਪਤੀ ਮੰਨ ਕੇ ਹੀ ਗੁਜ਼ਾਰੀ। ਇਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਚੱਲਦੀ ਰਹੀ। ਉਹਨਾਂ ਨੇ ਆਪਣੇ ਜੇਠ ਜਠਾਣੀ ਦੀ ਧੀ ਮਨਪ੍ਰੀਤ ਕੌਰ ਨੂੰ ਗੋਦ ਲਿਆ। ਉਹਦੇ ਤੋਂ ਬਾਅਦ ਆਪਣੇ ਦਿਓਰ ਅਤੇ ਦਰਾਣੀ ਦੇ ਮੁੰਡੇ ਆਗਿਆਪਾਲ ਸਿੰਘ ਨੂੰ ਗੋਦ ਲਿਆ। ਇਸ ਤਰ੍ਹਾਂ ਇਹ ਦੋਨੋਂ ਬੱਚੇ ਗੋਦ ਲਏ ਜਿਹੜੇ ਕਿ ਸਰਦਾਰ ਸਤਵੰਤ ਸਿੰਘ ਦੀ ਵੰਸ਼ ਨੂੰ ਅੱਗੇ ਚਲਾਉਂਦੇ ਗਏ। ਪੂਰਾ ਸਹੁਰਾ ਪਰਿਵਾਰ ਵੀ ਆਪਣੇ ਇਸ ਬੱਚੀ ਦੇ ਉੱਤੇ ਮਾਣ ਮਹਿਸੂਸ ਕਰਦਾ ਸੀ, ਸਾਰਿਆਂ ਨੂੰ ਇਹ ਖੁਸ਼ ਰੱਖਦੀ, ਸਾਰੇ ਪਰਿਵਾਰ ਦਾ ਮਨ ਮੋਲਿਆ ਸੀ, ਸਾਰਾ ਪਿੰਡ, ਸਾਰਾ ਜਿਹੜਾ ਉਸ ਵੇਲੇ ਸਮਾਜ ਸੀਗਾ ਉਹ ਇਸ ਬੱਚੀ ਦੇ ਉੱਤੇ ਮਾਣ ਮਹਿਸੂਸ ਕਰਦਾ ਸੀ। ਸਹੁਰਾ ਪਰਿਵਾਰ ਇਸ ਨੂੰ ਆਪਣੀ ਨੂੰਹ ਨਹੀਂ ਆਪਣੀ ਧੀ ਮੰਨਦਾ ਸੀ। ਜਦੋਂ ਵੀ 6 ਜਨਵਰੀ ਨੂੰ ਸ਼ਹੀਦ ਭਾਈ ਸਤਵੰਤ ਸਿੰਘ ਦਾ ਸ਼ਹੀਦੀ ਦਿਹਾੜਾ ਆਉਂਦਾ ਤਾਂ ਬੀਬੀ ਸੁਰਿੰਦਰ ਕੌਰ ਦੇ ਵੱਲੋਂ ਹਰ ਇੱਕ ਕੰਮ ਨੂੰ ਬੜੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਕੀਤਾ ਜਾਂਦਾ। ਇਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਸੇਵਾ ਸਿਮਰਨ ਅਤੇ ਹਰ ਇੱਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਆਖਿਰਕਾਰ ਬੀਬੀ ਸੁਰਿੰਦਰ ਕੌਰ ਕੈਂਸਰ ਦੀ ਬਿਮਾਰੀ ਦਾ ਸ਼ਿਕਾਰ ਹੋ ਗਏ ਅਤੇ ਇਸ ਦੁਨੀਆ ਨੂੰ ਰੁਖਸਤ ਕਹਿ ਗਏ, ਅਕਾਲ ਚਲਾਣਾ ਕਰ ਗਏ। ਜਾਂਦੇ ਵਕਤ ਇਹ ਕਈ ਥਾਈਂ ਜ਼ਿਕਰ ਆਇਆ ਹੈ ਕਿ ਉਹਨਾਂ ਨੇ ਆਪਣੇ ਸਹੁਰਾ ਸਾਹਿਬ ਸਰਦਾਰ ਤਰਲੋਕ ਸਿੰਘ ਦੇ ਉਹਨਾਂ ਨੂੰ ਫਤਿਹ ਬੁਲਾਈ, ਉਹਨਾਂ ਦੇ ਪੈਰੀਂ ਹੱਥ ਲਾਏ, ਦੋਨੋਂ ਹੱਥ ਜੋੜ ਕੇ ਅਤੇ ਉਹਨਾਂ ਨੂੰ ਜਾਂਦੇ ਵਕਤ ਇੱਕ ਗੱਲ ਕਹੀ ਕਿ ਪਿਤਾ ਜੀ, ਮੇਰੀ ਚਿਤਾ ਨੂੰ, ਮੇਰੀ ਚਿਖਾ ਨੂੰ ਵੀ ਤੁਸੀਂ ਆਪ ਆਪਣੇ ਹੱਥੀਂ ਲਾਂਬੂ ਲਾਇਓ, ਆਪਣੀ ਧੀ ਮੰਨਿਆ ਹੈ ਤੁਸੀਂ ਮੈਨੂੰ, ਅਤੇ ਮੇਰਾ ਸੰਸਕਾਰ ਜਾਂ ਸਾਰੀਆਂ ਜਿਹੜੀਆਂ ਰਸਮਾਂ ਹੈ ਇਹ ਉਸੇ ਤਰ੍ਹਾਂ ਹੀ ਕੀਤੀਆਂ ਜਾਣ ਜਿਵੇਂ ਆਪਣੇ ਪੁੱਤਰ ਦੀਆਂ ਕੀਤੀਆਂ ਗਈਆਂ ਸੀ, ਜਿਵੇਂ ਆਪਣੇ ਪੁੱਤਰ ਸਰਦਾਰ ਸਤਵੰਤ ਸਿੰਘ ਦੀ ਚਿਖਾ ਜੈਕਾਰਿਆਂ ਦੀ ਗੂੰਜ ਦੇ ਵਿੱਚ ਗਈ ਸੀ, ਮੈਨੂੰ ਵੀ ਉਸੇ ਤਰ੍ਹਾਂ ਲੈ ਕੇ ਜਾਇਓ। ਜਦੋਂ ਬੀਬੀ ਸੁਰਿੰਦਰ ਕੌਰ ਦਾ ਸੰਸਕਾਰ ਹੋਣ ਲੱਗਾ, ਸ਼ਹੀਦ ਭਾਈ ਸਤਵੰਤ ਸਿੰਘ ਦਾ ਜਿੱਥੇ ਗੁਰਦੁਆਰਾ ਬਣਿਆ ਹੈ ਉਸ ਗੁਰਦੁਆਰੇ ਲਾਗੇ ਬੀਬੀ ਦਾ ਸੰਸਕਾਰ ਹੋਣਾ ਸੀ, ਪਰ ਉੱਥੇ ਫਿਰ ਤੋਂ ਪੁਲਿਸ ਨੇ ਆ ਕੇ ਅੜਿੱਕਾ ਡਾਲਿਆ ਕਿ ਇੱਥੇ ਸੰਸਕਾਰ ਨਹੀਂ ਹੋਣ ਦੇਣਾ। ਰੋਹ ਦੇ ਵਿੱਚ ਆਏ ਸਰਦਾਰ ਤਰਲੋਕ ਸਿੰਘ ਬੋਲ ਉੱਠੇ ਕਿ ਇੱਥੇ ਵੀ ਤੁਸੀਂ ਸ਼ਾਇਦ ਉਹੀ ਕੁਝ ਕਰਨ ਆਏ ਹੋ ਜੋ ਕੁਝ ਤੁਸੀਂ ਉਹਨਾਂ ਦੇ ਪੁੱਤਰ ਦੇ ਨਾਲ ਅਤੇ ਭਾਈ ਕੇਰ ਸਿੰਘ ਦੇ ਨਾਲ ਜੇਲ੍ਹ ਦੇ ਵਿੱਚ ਕੀਤਾ, ਪਰ ਸਤਵੰਤ ਸਿੰਘ ਨੇ, ਕੇਰ ਸਿੰਘ ਨੇ ਤੁਹਾਡੀ ਇੰਦਰਾ ਮਾਰੀ ਸੀ, ਸਾਡੀ ਧੀ ਨੇ ਤੁਹਾਡੇ ਕਿਸੇ ਨੂੰ ਨਹੀਂ ਮਾਰਿਆ, ਹੁਣ ਤੁਹਾਨੂੰ ਕੀ ਤਕਲੀਫ ਹੈ, ਇੱਥੇ ਸੰਸਕਾਰ ਕਿਉਂ ਨਹੀਂ ਹੋਣ ਦੇ ਰਹੇ। ਉਸ ਵੇਲੇ ਮਾਹੌਲ ਪੂਰਾ ਤਣਾਅਪੂਰਨ ਹੋ ਗਿਆ ਸੀ, ਉੱਥੇ ਲੋਕ ਵੀ ਕਈ ਜਣੇ ਇਹ ਬੋਲ ਉੱਠੇ ਕਿ ਤੁਸੀਂ ਸਾਨੂੰ ਗੋਲੀ ਮਾਰ ਦੇਵੋ ਅਤੇ ਬੀਬੀ ਦੀ ਲਾਸ਼ ਇੱਥੋਂ ਚੁੱਕ ਕੇ ਲੈ ਜਾਓ, ਇਹਦਾ ਸੰਸਕਾਰ ਕਰਨਾ ਹੈ, ਜੋ ਵੀ ਕਰਨਾ ਤੁਸੀਂ ਕਰ ਸਕਦੇ ਹੋ, ਪਰ ਜਿੰਨਾ ਚਿਰ ਅਸੀਂ ਇੱਥੇ ਹਾਂ ਬੀਬੀ ਦਾ ਸੰਸਕਾਰ ਇਸੇ ਜਗ੍ਹਾ 'ਤੇ ਹੀ ਹੋਵੇਗਾ। ਇਸ ਤਰ੍ਹਾਂ ਬੀਬੀ ਦੇ ਬਚਨ ਵੀ ਪੂਰੇ ਹੋਏ, ਜੈਕਾਰਿਆਂ ਦੀ ਗੂੰਜ ਦੇ ਵਿੱਚ ਚਿਖਾ ਤਿਆਰ ਕੀਤੀ ਗਈ ਅਤੇ ਬੀਬੀ ਸੁਰਿੰਦਰ ਕੌਰ ਦਾ ਸੰਸਕਾਰ ਕੀਤਾ ਗਿਆ ਅਤੇ ਉਹ ਪੁੱਜ ਗਈ ਆਪਣੇ ਪਤੀ ਸਰਦਾਰ ਸਤਵੰਤ ਦੇ ਕੋਲ। ਸਿੱਖ ਕੌਮ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ ਵੀ ਕਈ ਵਿਆਹ ਹੋ ਨਿਬੜੇ ਨੇ, ਪਰ ਅਜਿਹਾ ਵਿਆਹ ਜਿਸਨੇ ਇਤਿਹਾਸ ਸਿਰਜ ਦਿੱਤਾ, ਅਜਿਹਾ ਵਿਆਹ ਕਦੇ ਵੀ ਦੇਖਣ ਸੁਣਨ ਨੂੰ ਨਹੀਂ ਮਿਲਿਆ। ਤਸਵੀਰ ਦੇ ਨਾਲ ਲਾਵਾਂ ਲੈ ਕੇ ਵਿਆਹ ਇੱਕ ਅਨੋਖਾ ਇਤਿਹਾਸ ਸਿਰਜ ਗਿਆ, ਦੁਨੀਆ ਦੇ ਵਿੱਚ ਇੱਕ ਵੱਖਰੀ ਮਿਸਾਲ ਪੈਦਾ ਕਰ ਗਿਆ, ਜਿਸ ਕਰਕੇ ਅੱਜ ਵੀ ਬੀਬੀ ਸੁਰਿੰਦਰ ਕੌਰ ਦੇ ਤਿਆਗ ਨੂੰ, ਉਹਨਾਂ ਦੀ ਸਿਦਕ ਨੂੰ ਅਣਗਿਣਤ ਵਾਰ ਸਜਦਾ ਕੀਤਾ ਜਾਂਦਾ ਹੈ। ਮੇਰੀ ਫੋਟੋ ਨਾ ਲੈਣੀਆਂ ਲਾਵਾਂ ਮੈਂ ਹੋ ਕੇ ਤੇਰੀ।